ਲੈ ਦੱਸ, ਮੈਂ ਕੁਛ ਕਿਹਾ ਤੈਨੂੰ? ਕਿਹਾ ਕੁਛ? ਦੱਸ, ਹੈਂ, ਇਹ 'ਚ ਰੋਣ ਵਾਲੀ ਕਿਹੜੀ ਗੱਲ ਹੈ? ਪਹਿਲਾਂ ਮੈਨੂੰ ਇਹ ਗੱਲ ਦੱਸਿਆ ਕੋਈ, ਹੈਂ ਕੁਛ ਆ ਕਿਹਾ? ਦੇਖੋ ਕਿੰਨਾ ਵਧੀਆ ਸਿਲੰਡਰ ਤੇ ਗੈਸ ਚੁੱਲ੍ਹਾ, ਉੱਤੇ ਦੇਖੋ ਸਮਾਨ ਲਿਆ ਵੀ ਹੈ ਨਾ, ਆਹ ਵਾਲਾ ਸਮਾਨ ਲਿਆ ਤੇ ਮੈਂ ਗੋਲੀਆਂ ਲਈਆਂ। ਤੇ ਅੱਗੋਂ ਕਹਿੰਦੀ ਮੂਲੀਆਂ ਮੂਲੀਆਂ ਕੀ ਕਰ? ਉਹ ਮੈਂ ਕਿਹਾ ਬੋਲੀਏ ਗੋਲੀਆਂ ਮੂਲੀਆਂ ਨੀ ਇਹਨੂੰ। ਤੇ ਮੈਨੂੰ ਲੱਗ ਰਿਹਾ ਵੀ ਬਾਰਿਸ਼ ਤੇਜ਼ ਹੋ ਰਹੀ ਆ। ਦੇਖੋ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਨੂੰ ਨਾ ਹਰ ਵਾਰੀ ਜਗਾਉਣਾ ਪੈਂਦਾ, ਸਹੀ ਗੱਲ ਹੈ ਨਾ, ਬਾਰ ਬਾਰ ਟੇਕ ਲੈਣੇ ਪੈਂਦੇ ਆ, ਸਤਿ ਸ੍ਰੀ ਅਕਾਲ ਬੁਲਾਉਣੀ ਭੁੱਲ ਜਾਂਦੀ ਹੈ ਹਰ ਵਾਰੀ। ਤੇ ਹੁਣ ਬੜੇ ਦਿਨਾਂ ਬਾਅਦ ਅੱਜ ਅਸੀਂ ਵਲੌਗ ਬਣਾਉਣ ਲੱਗੇ ਹਾਂ। ਉਹਦਾ ਕਾਰਨ ਇਹ ਸੀ ਵੀ ਬਹੁਤ ਜ਼ਿਆਦਾ ਅਸੀਂ ਵਿਅਸਤ ਹੋ ਗਏ ਸੀ ਅਤੇ ਹੋਰ ਵੀ ਕਈ ਕਾਰਨ ਸੀਗੇ, ਹੈ ਨਾ, ਅਤੇ ਜਿਹਦੇ ਕਰਕੇ ਵਲੌਗ ਆਪਾਂ ਨਹੀਂ ਬਣਾ ਪਾਏ। ਅਤੇ ਅੱਜ ਫਾਈਨਲੀ ਅਸੀਂ ਵਲੌਗ ਸ਼ੁਰੂ ਕਰ ਰਹੇ ਹਾਂ। ਅਤੇ ਫਿਲਹਾਲ ਫਿਰ ਤੁਸੀਂ ਹੱਸਣਾ ਅਤੇ ਤੁਸੀਂ ਸੋਚਣਾ ਵੀ ਇਹ ਬਹੁਤ ਜ਼ਿਆਦਾ ਕੰਬਲੇ ਨੇ, ਅਤੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਜੀ ਦਵਾਈ ਲੈ ਕੇ। ਅਸੀਂ ਮਨਪ੍ਰੀਤ ਦੀ ਦਵਾਈ ਲੈਣ ਜਾ ਯਾਰ, ਕੋਈ ਚੱਜ ਦੀ ਜੋ ਹੈ ਉਹ ਹੀ ਵਿਖਾਣਾ ਹੁਣ ਆਪਾਂ ਲੱਗ ਜੋ ਚੱਜ ਦੀ ਕੋਈ ਖਬਰ ਨਹੀਂ, ਕੋਈ ਕਿਤੇ ਘੁੰਮਣ ਨਹੀਂ ਜਾਂਦੇ, ਕਿਤੇ ਕੋਈ ਨਹੀਂ ਕਰਦੇ, ਸਾਰਿਆਂ ਨੇ ਸੋਚਣਾ ਹੈ ਬਸ ਦਵਾਈਆਂ ਹੀ ਖਾਈ ਜਾਂਦੇ ਤੇ ਉਹਦੇ ਵਲੌਗ ਬਣਾਈ ਜਾਂਦੇ। ਤੇ ਫਿਲਹਾਲ ਦਵਾਈ ਲਈਏ ਤੇ ਆਪਾਂ ਫਿਰ ਵਲੌਗ ਨੂੰ ਕੰਟੀਨਿਊ ਕਰਾਂ। ਨੰਨੂ ਗਈ ਹੋਈ ਹੈ ਸਕੂਲ ਤੇ ਉਹਨੂੰ ਵੀ ਲੈ ਕੇ ਆਉਣਾ ਉਸ ਤੋਂ ਬਾਅਦ, ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਆਪਾਂ ਅਜੇ ਕੁਛ ਸ਼ਾਨਦਾਰ ਜਿਹਾ ਸੋਚ ਰਹੇ ਹਾਂ, ਤੇ ਉਹ ਆਪਾਂ ਪਹਿਲਾਂ ਹੁਣ ਇੱਕ ਵਾਰੀ ਜਾਈਏ ਤੇ ਫਿਰ ਆਪਾਂ ਆ ਕੇ ਤੁਹਾਨੂੰ ਦੱਸਾਂਗੇ, ਠੀਕ ਹੈ ਜੀ। ਕੀ ਸੋਚਿਆ? ਮੈਨੂੰ ਤਾਂ ਦੱਸਿਆ ਤੁਸੀਂ ਸ਼ਾਨਦਾਰ। ਯਾਰ ਤੂੰ ਆਪੇ ਹੀ ਕਿਹਾ ਸੀ ਵੀ ਉਹ ਚੈਲੰਜ ਕਰਾਂਗੇ। ਓ ਅੱਛਾ, ਠੀਕ। ਤੇ ਅੱਜ ਅਸੀਂ ਮਤਲਬ ਚੈਲੰਜ ਕਰਨਾ, ਅੱਜ ਨਹੀਂ ਕੱਲ, ਕੱਲ ਕੱਲ ਕਰਾਂਗੇ ਸੰਡੇ ਨਾਲ ਸਾਰੇ ਘਰੇ। ਓ ਯਾਰ ਅੱਜ ਕਰਾਂਗੇ ਯਾਰ, ਕੱਲ ਅੱਜ ਤੇ ਲੰਘ ਗਿਆ ਦਿਨ, ਇੱਥੇ ਲੰਘ ਗਿਆ 12 ਵਜੇ ਨੇ, ਹਲੇ ਪੂਰਾ ਦਿਨ ਪਿਆ। ਓ ਯਾਰ ਸਾਰਾ ਤੇ ਕੰਮ ਹੋ ਗਿਆ, ਝਾੜੂ ਪੋਚਾ ਮੈਂ ਤੁਹਾਡੇ ਤੋਂ ਕੀ ਕਰਵਾਵਾਂਗੀ। ਝਾੜੂ ਪੋਚੇ ਕਰਵਾਉਣੇ ਸੀ? ਨਹੀਂ ਨਹੀਂ, ਚੈਲੰਜ ਸੀ ਨਾ, ਤੇ ਫਿਰ ਕੁਛ ਨਾ ਕੁਛ ਤੇ ਕਰਾਉਣਾ ਹੀ ਸੀ ਹੁਣ ਕੰਮ। ਚਲੋ ਤਾਂ ਨਹੀਂ ਕਰਦੇ ਹੈਗੇ, ਕੋਈ ਗੱਲ ਨਹੀਂ, ਚਲੋ ਜੋ ਵੀ ਹੋਇਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਠੀਕ ਹੈ ਜੀ। ਹੁਣ ਜਾਈਏ ਫਟਾਫਟ ਵਾਪਸ। ਚਲੋ ਯਾਰ, ਏ ਫਿਊ ਮੋਮੈਂਟਸ ਲੇਟਰ ਜੀ ਤੇ ਹੁਣ ਚੱਲੇ ਨੇ ਨੰਨੂ ਨੂੰ ਲੈਣ ਦੇ ਲਈ, ਟਾਈਮ ਹੋ ਗਿਆ ਨੰਨੂ ਦਾ, ਠੀਕ ਹੈ। ਚੰਨੂ ਨੂੰ ਲੈ ਜਾਓ, ਠੀਕ ਹੈ ਯਾਰ, ਸਵਾ ਇੱਕ ਛੁੱਟੀ ਹੋ ਜਾਣੀ, ਫਟਾਫਟ ਜਾਓ ਨਾ। ਬੱਚੇ ਕਰਦੇ ਕਰਦੇ 10 ਮਿੰਟ ਲਾ ਹੀ ਦਿੰਦੇ ਨੇ, ਕੋਈ ਨਹੀਂ ਮੈਂ ਲੈ ਕੇ ਆ ਗਿਆ। ਤੇ ਮੈਂ ਇੱਧਰ ਪੜ੍ਹਾਈ ਕਰ ਰਹੀ ਸੀ ਫਿਲਹਾਲ ਦੇ ਲਈ, ਤੇ ਦਵਾਈ ਖਾ ਕੇ ਹਟੀ ਹਾਂ, ਠੀਕ ਹੈ ਜੀ। ਤੇ ਆ ਲੈਣ ਤੋਂ ਫਿਰ ਬਾਕੀ ਗੱਲਬਾਤ ਆਪਾਂ ਫਿਰ ਕਰਨੀ ਆ, ਕਿਉਂਕਿ ਹੁਣ ਮੈਂ ਚਾਰਜ ਨਹੀਂ ਹੋਈ, ਮੇਰੀ ਚਾਹ ਜਿਹੜੀ ਹੈ ਨਾ ਉਹ ਬੰਦ ਕਰਤੀ ਡਾਕਟਰ ਨੇ, ਤਾਂ ਕਰਕੇ ਥੋੜ੍ਹਾ ਜਿਹਾ ਨਸ਼ੇ ਦੇ ਵਿੱਚ ਬੋਲਣੀ ਵੀ ਹਾਂ ਮੈਂ। ਲੱਗਦਾ ਮੇਰਾ ਨੰਨੂ ਆ ਗਿਆ, ਮੇਰਾ ਬੱਚਾ ਚੋਨਾ। ਹਾਂਜੀ ਆ ਜਾ ਮਿਲ ਤੇ ਲੈ ਮੰਮਾ ਨੂੰ ਸੋਹਣੀ ਆ ਜਾ ਮੇਰਾ ਘਰ ਚ। ਹਾਂਜੀ ਤਿੰਨੋ ਹੀ ਆ ਜਾ ਆਪਾਂ। ਹਾਂ ਥੱਕ ਗਿਆ ਤੂੰ? ਥੱਕ ਗਿਆ ਸ਼ੇਰ ਬੱਚਾ? ਹਾਂ ਇੱਕ ਤੇ ਮੇਰਾ ਬੱਚਾ ਕ੍ਰੀਏਟੀਵਿਟੀਆਂ ਬੜਾ ਬੜੀਆਂ ਕਰਦਾ ਵਾ, ਹੈ ਨਾ ਨੰਨੇ? ਹਾਂਜੀ ਤੇ ਨੰਨੂ ਨੂੰ ਡਰੈਸ ਮਿਲੀ ਹੈ ਨਿਊ। ਹਾਂ ਯਾਰ ਇਹ ਤੇ ਸਕਰਟ ਵਾਲੀ ਆ ਗਈ ਹੈ ਨੰਨੂ, ਉਹ ਵੀ ਸ਼ਰਟ ਵਾਲੀ। ਹਾਂਜੀ ਯਾਰ, ਲੈ ਇਹ ਤੇ ਸ਼ਰਟ ਵਾਲੀ ਦੇਤੀ ਹੈ ਯਾਰ, ਪਤਾ ਹੀ ਨਹੀਂ ਆ ਮੈਂ ਤੁਹਾਨੂੰ ਕਿਹੜੀ ਦੇ ਕਿਹੜੀ ਕਿਹੜੀ। ਨਿੱਕਰ ਵਾਲੀ ਕਿਹਾ ਸੀ ਮੁੰਡਿਆਂ ਵਾਲੀ। ਹਾਂ ਯਾਰ
ਅੱਧੀਆਂ ਬਾਹਾਂ ਵਾਲੀ ਹੈ। ਹਾਂਜੀ। ਤੇ ਇਹਦੀ ਬੈਲਟ ਫਿਰ? ਬੈਲਟ ਪਤਾ ਨਹੀਂ, ਬੈਲਟ ਤੇ ਦਿੱਤੀ ਨਹੀਂ ਹੈਗੀ ਇਹਨਾਂ ਨੂੰ। ਬੈਲਟ ਦਾ ਕੋਈ ਨਹੀਂ ਪਤਾ, ਬੈਲਟ ਦਾ ਤੇ ਕੋਈ ਨਹੀਂ ਪਤਾ। ਹਾਂਜੀ, ਤੇ ਅੱਜ ਬਹੁਤ ਦਿਨਾਂ ਬਾਅਦ ਆਪਾਂ ਵਲੌਗ ਬਣਾ ਰਹੇ ਸੀ, ਤੁਹਾਨੂੰ ਮੈਂ ਦੱਸਿਆ ਤੇ ਮੰਮੀ ਗਏ ਹੋਏ ਨੇ ਆਪਣੇ ਪੇਕਿਆਂ ਦੇ, ਇੱਕ ਹਫ਼ਤਾ ਹੋ ਗਿਆ ਤੇ ਹੁਣ ਮੰਮੀ ਨੇ ਆ ਜਾਣਾ। ਮੰਮੀ ਬੈਠੇ ਸੀਗੇ 1:20 ਦੇ ਬੈਠੇ ਸੀ ਤੇ ਹੁਣ ਮੇਰੇ ਖਿਆਲ ਨਾਲ 3:00 ਪਹੁੰਚ ਜਾਣਾ ਮੰਮੀ ਨੇ, ਠੀਕ ਹੈ ਨਾ? ਹਾਂ, ਮੈਂ ਬ੍ਰੈਡ ਲੈ ਕੇ ਆਇਆ ਸੀਗਾ, ਬ੍ਰੈਡ ਨੰਨੂ ਦੀਆਂ ਗੋਲੀਆਂ ਤੇ ਆਪਾਂ ਹੁਣ ਸੈਂਡਵਿਚ ਸੁੰਡਵਿਚ ਬਣਾਉਣੇ ਆ, ਭੁੱਖ ਲੱਗੀ ਸੀਗੀ ਤੇ ਮੈਂ ਸੋਚਿਆ ਚਲੋ ਆਪਾਂ ਹੁਣ ਸੈਂਡਵਿਚ ਹੀ ਬਣਾ ਕੇ ਖਾ ਲਈਏ ਤੇ ਮਨਪ੍ਰੀਤ ਦੀ ਮੈਗੀ ਤਾਂ ਆਪਾਂ ਹੁਣ ਪਰਮਾਨੈਂਟ ਬੰਦ ਕਰਵਾ ਦਈ, ਪਰਮਾਨੈਂਟਲੀ ਬੰਦ ਹੈ। ਤੇ ਇੱਧਰ ਚੂੰ ਚੂੰ ਹੋ ਰਹੀ ਹੈ, ਸ਼ਾਇਦ ਤੁਹਾਨੂੰ ਸੁਣ ਰਹੀ ਹੋਏਗੀ ਚੂੰ ਚੂੰ। ਇਹ ਦੇਖੋ ਇੱਧਰ ਦੇਖੋ, ਚੂੰ ਚੂੰ ਕਿਉਂ ਹੋ ਰਹੀ? ਚੂੰ ਚੂੰ ਹੈ ਕਿਹੜੀ ਗੱਲੋਂ ਚੂੰ ਚੂੰ ਹੋ ਰਹੀ? ਮੂੰਹ ਦੇਖਿਓ, ਮੂੰਹ ਦੇਖੋ ਕਿੰਨਾ ਬਣਾਇਆ ਹੋਇਆ ਹੈ। ਅਕਲ ਤਾਂ ਕਰਨੀ, ਸ਼ਰਾਰਤਾਂ ਦੀ ਤਾਂ ਹੈ ਨਾ ਉਹ ਹੈ ਉਸਤਾਦ ਸ਼ਰਾਰਤਾਂ ਦੀ। ਮਨਪ੍ਰੀਤ ਅਸੀਂ ਹੁਣ ਗੱਲ ਕਰ ਰਹੇ ਸੀ, ਮੈਂ ਇਹਨੂੰ ਫੋਨ ਕੀਤਾ ਉੱਥੇ ਜਾ ਕੇ ਦੁਕਾਨ 'ਤੇ ਅਤੇ ਮੈਂ ਕਿਹਾ ਕੀ ਕੀ ਲੈ ਕੇ ਆਉਣਾ ਅਤੇ ਮੈਂ ਕਿਹਾ ਐਂ ਮੈਂ ਸਮਾਨ ਲਿਆ ਵੀ ਹੈ ਨਾ ਆਹ ਵਾਲਾ ਸਮਾਨ ਲਿਆ ਅਤੇ ਮੈਂ ਗੋਲੀਆਂ ਲਈਆਂ ਅਤੇ ਅੱਗੋਂ ਕਹਿੰਦੀ ਮੂਲੀਆਂ ਮੂਲੀਆਂ ਕੀ ਕਰ? ਉਹ ਮੈਂ ਕਿਹਾ ਬੋਲੀਏ ਗੋਲੀਆਂ ਮੂਲੀਆਂ ਨਹੀਂ। ਇਹਨੂੰ ਮੈਂ ਫੋਨ 'ਤੇ ਕੁਛ ਨਾ ਕੁਛ ਬੋਲੂ ਨਾ ਹਮੇਸ਼ਾ ਉਲਟਾ ਹੀ ਸੁਣਦਾ, ਹਮੇਸ਼ਾ ਉਲਟਾ ਅਤੇ ਕੰਨ ਨਾ ਸਾਫ਼ ਕਰਾਉਣ ਵਾਲੇ ਹੋਏ ਹੋਏ ਆ। ਲੈ ਦੱਸ, ਮੈਂ ਕੁਛ ਕਿਹਾ ਤੈਨੂੰ? ਕਿਹਾ ਕੁਛ ਦੱਸ, ਹੈਂ? ਇਹ ਚ ਰੋਣ ਵਾਲੀ ਕਿਹੜੀ ਗੱਲ ਹੈ? ਪਹਿਲਾਂ ਮੈਨੂੰ ਇਹ ਗੱਲ ਦੱਸੇ ਕੋਈ, ਹੈਂ? ਕੁਛ ਕਿਹਾ ਨਾ ਵਾਸਤਾ, ਕਮਾਲ ਦੀ ਗੱਲ ਹੋ ਗਈ, ਇੰਨੇ ਹੰਝੂ ਹੈਂ ਘੁਮਾਦੇ ਵਾਸ ਪਈ। ਅੱਛਾ ਅੱਛਾ, ਓਹੋ ਅੱਛਾ ਅੱਛਾ ਅੱਛਾ, ਦੇਖੋ ਟਮਾਟਰ ਕੱਟੇ ਜਾ ਰਹੇ, ਪਿਆਜ਼ ਕੱਟੇ ਜਾ ਰਹੇ, ਆਏ ਆਏ ਆਏ। ਮੈਂ ਵੀ ਕਹਾਂ ਰੋ ਕਿਉਂ ਰਹੀ ਹੈ, ਪਰ ਮੇਰੀਆਂ ਅੱਖਾਂ 'ਚ ਤਾਂ ਪੈ ਨਹੀਂ ਰਹੇ ਮਨਪ੍ਰੀਤ। ਸੈਂਡਵਿਚ ਬਣਨ ਲੱਗੇ ਆ ਤੇ ਫਿਰ ਮਾੜਾ ਮੋਟਾ ਦਿਖਾ ਦਾਂਗੇ, ਵੈਸੇ ਆਪਾਂ ਕੋਈ ਸਪੈਸ਼ਲ ਰੈਸਪੀ ਹੈ ਨੀ ਇਹ, ਤੇ ਸਪੈਸ਼ਲ ਰੈਸਪੀ ਆਪਾਂ ਸੋਚ ਰਹੇ ਆ, ਪਲਾਨ ਕਰ ਰਹੇ ਆ। ਮਸਾਲਾ ਤਿਆਰ ਹੋ ਰਿਹਾ ਸੈਂਡਵਿਚ ਵਾਸਤੇ, ਬਾਰਿਸ਼ ਲੱਗ ਚੁੱਕੀ ਹੈ। ਹਾਂ ਦੇਖੋ, ਪਰ ਇੰਨੀ ਤੇਜ਼ ਨਹੀਂ ਹੋ ਰਹੀ, ਬੜੀ ਸਲੋ ਬਾਰਿਸ਼ ਹੋ ਰਹੀ ਹੈ। ਅਤੇ ਹੁਣ ਆਪਾਂ ਬ੍ਰੈਡ ਬਰੁੱਡ ਲਈ ਆ, ਸਾਰੀਆਂ ਸੋਸਾਂ ਦੇਖ ਲਓ ਕਿੰਨੇ ਤਰ੍ਹਾਂ ਦੀਆਂ, ਸਾਰੀਆਂ ਵਿੱਚ ਪਾਈਆਂ। ਆਹ ਮੇਅਨੀਜ਼ ਆ ਗਈ, 4 ਤਰ੍ਹਾਂ ਦੀਆਂ ਹੋ ਗਈਆਂ, ਠੀਕ ਹੈ ਜੀ। ਅਤੇ ਮੈਨੂੰ ਲੱਗ ਰਿਹਾ ਵੀ ਬਾਰਿਸ਼ ਤੇਜ਼ ਹੋ ਰਹੀ ਆ, ਦੇਖੋ ਮੋਟੀਆਂ ਮੋਟੀਆਂ ਕਣੀਆਂ ਪੈ ਰਹੀਆਂ ਨੇ। ਅਤੇ ਮੈਂ ਆਪਣੇ ਵਾਸਤੇ ਸਪੈਸ਼ਲ ਅਸਤਿਨ ਸਲਾਈਜ਼ਾ ਲੈ ਕੇ ਆਇਆ ਸੀਗਾ,
ਇਹ ਆਪਾਂ ਯੂਜ਼ ਕਰਾਂਗੇ ਮੇਰੇ ਵਾਲੇ ਬ੍ਰੈਡ ਆ, ਕਿਉਂਕਿ ਮਨਪ੍ਰੀਤ ਨੇ ਤਾਂ ਖਾਣੀਆਂ ਨਹੀਂ, ਹੈ ਨਾ? ਠੀਕ ਹੈ ਨਾ? ਖਾ ਵੀ ਸਕਦੀ ਹਾਂ। ਨਹੀਂ ਵੈਸੇ ਮਨਾ ਕੀਤੀ ਹੋਈ ਤਾਂ ਨਾ ਖਾਏਗੀ ਤਾਂ ਚੰਗੀ ਰਹੇਗੀ, ਬਾਕੀ ਤੁਹਾਡੀ ਇੱਛਾ ਹੈ। ਤੇ ਇਹ ਸਲਾਈਸ ਹੈ ਦਿੱਤੇ, ਤੁਸੀਂ ਉਹਨੂੰ ਔਨ ਕਰੋ ਜਾ ਕੇ ਤੇ ਇਹ ਦੋ ਵਿੱਚ ਰੱਖ ਖਾਓ। ਠੀਕ ਹੈ। ਹੈਲੋ, ਕਿਉਂਕਿ ਇਹਦੀ ਤਾਰ ਜਿਹੜੀ ਆ ਬਹੁਤ ਛੋਟੀ ਹੈ ਤੇ ਇਹਦੇ ਕਰਕੇ ਇਹਨੂੰ ਇੱਦਾਂ ਲਗਾਉਣਾ ਪੈਂਦਾ। ਦੇਖੋ ਸੋਫੇ 'ਤੇ ਲਾਇਆ ਹੋਇਆ ਮੈਂ, ਜੁਗਾੜ ਦਿਓ ਜਲਦੀ, ਸੜ ਜਾਣੇ ਜਲਦੀ। ਅਤੇ ਆਹ ਦੇਖੋ ਇੱਕ ਮਾੜੀ ਜਿਹੀ ਸਲਾਈਸ ਪਾਈ ਹੈ ਇਹਦੇ 'ਚ, ਕੋਈ ਇੱਥੇ ਨਹੀਂ ਪਾਈ ਹੈਗੀ, ਬਾਕੀਆਂ 'ਚ ਪਾਈਆਂ ਹੋਈਆਂ ਉਹ ਦੇਖੋ, ਕਿਉਂਕਿ ਥੋੜ੍ਹੀਆਂ ਸਲਾਈਸਾਂ ਲੈ ਕੇ ਆਇਆ ਸੀਗਾ ਮੈਂ ਤਾਂ ਕਰਕੇ। ਫੜੋ ਨਾ ਅਤੇ ਕੱਢੋ ਇਹਨੂੰ ਬਾਹਰ, ਕੱਢ ਦੇ ਕੱਢ ਦੇ। ਰਾੜੇ ਨਹੀਂ ਹੈ ਤੁਸੀਂ ਚਲੋ, ਰੜ ਜੂਗਾ, ਰੜ ਨਾ ਜੀ ਸੜੀ ਜਾਣਾ। ਕਿੱਦਾਂ ਦੇ ਬਣੇ ਆ? ਘੈਂਟ, ਬਹੁਤ ਟੇਸਟੀ। ਠੀਕ ਹੈ, ਤੇ ਮੈਂ ਵੀ ਇਹ ਥੋੜ੍ਹਾ ਜਿਹਾ ਟੇਸਟ ਕੀਤਾ, ਇਹ ਹਲੇ ਕੋਈ ਟੇਸਟ ਪਤਾ ਨਹੀਂ ਲੱਗਿਆ ਕਿਉਂਕਿ ਇੱਧਰ ਕੁਛ ਆਈ ਨਹੀਂ ਸੀ, ਖਾਲੀ ਸੀ। ਬਾਕੀ ਹਲੇ ਬਣ ਰਹੇ ਆ, ਆਹ ਬਣਨ ਵਾਲੇ ਆ, ਆਹ ਥੋੜ੍ਹੇ ਜਿਹੇ ਬਣੇ ਪਏ ਆ, ਬਾਕੀ ਅਸੀਂ ਨਾਲ ਨਾਲ ਖਾ ਰਹੇ ਹਾਂ। ਚੱਲਣ ਵਾਲੀ ਹੈ ਨੰਨੂ, ਤੇਰੀ ਮੰਮਾ ਦੀਆਂ ਮੂਲੀਆਂ ਯਾਰ ਪਾ ਕੇ ਰੱਖਿਆ ਕਰ ਪ੍ਰੋਪਰ। ਚਾਰ ਕੋਲੀਆਂ ਦਾ ਸੈੱਟ ਹੈ ਸਮਾਨ ਪਾਉਣ ਵਾਸਤੇ, ਚਮਚਾ, ਕੋਲੀ, ਪਲੇਟ। ਹਾਂਜੀ, ਹੁਣ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋ ਗਈ ਹੈ ਤੇ ਅਸੀਂ ਜਿਹੜੀ ਪੂਰਾ ਦਿਨ ਹੈ ਉਹ ਇਸ ਕਮਰੇ 'ਚ ਕੱਢਤਾ। ਤੇ ਆਹ ਦੇਖੋ ਹੁਣ ਆਹ ਮੰਮੀ ਸੂਟ ਦਿਖਾ ਰਹੇ ਸੀ, ਸ਼ਾਮ ਹੋ ਚੁੱਕੀ ਹੈ ਤੇ ਸਾਰੇ ਸੌ ਸੂ ਗਏ ਸੀਗੇ ਵੈਸੇ, ਤੇ ਹੁਣ ਆਹ ਮੰਮੀ ਸੂਟ ਮਿਲਿਆ ਮੰਮੀ ਨੂੰ ਆਪਣੇ ਪੇਕਿਆਂ ਤੋਂ, ਆਹ ਵੀ ਮਿਲਿਆ। ਓਏ ਹੋਏ ਕਿਆ ਬਾਤ ਹੈ, ਇਹ ਸਵਾ ਕੇ ਪਾ ਕੇ ਲੈ ਕੇ ਆਏ? ਵੈਰੀ ਗੁੱਡ। ਅੱਛਾ, ਸਹੀ ਹੈ ਸਹੀ ਹੈ ਸਹੀ ਹੈ, ਠੀਕ ਹੈ। ਤੇ ਇੱਧਰ ਦੇਖੋ
ਨੰਨੂ ਦੇ ਜਿਹੜੇ ਬਰਤਨ ਆਏ ਸੀ, ਗਿਫਟ ਆਇਆ ਸੀਗਾ, ਉਹ ਦੇਖੋ ਖੇਡ ਰਹੀ ਹੈ ਜਵਾਕਾਂ ਨਾਲ। ਵੈਰੀ ਗੁੱਡ। ਆਹੋ ਆਹੋ, ਮੈਂ ਦਿਖਾ ਤਾਂ ਦਿੱਤਾ ਸੀ, ਵੈਸੇ ਆਪਾਂ ਦਿਖਾ ਤਾਂ ਸੀ ਨਾ। ਆਹ ਦੇਖੋ ਕਿੰਨਾ ਵਧੀਆ ਸਿਲੰਡਰ ਤੇ ਗੈਸ ਚੁੱਲ੍ਹਾ ਉੱਤੇ ਦੇਖੋ ਰੱਖਿਆ ਹੋਇਆ। ਕੀ ਬਣਾ ਰਿਹਾ, ਛੱਡ ਦੇ ਦੱਸ। ਵੈਰੀ ਗੁੱਡ। ਆਹ ਦੇਖੋ ਕੱਦੂਕਸ ਹੋ ਰਿਹਾ, ਕੁਛ ਆ ਰਿਹਾ ਥੱਲੇ ਉਹਦੇ ਪਲੇਟ ਦੇ। ਓ ਵਾਹ ਯਾਰ, ਕਮਾਲ ਹੋ ਗਈ ਯਾਰ। ਹਾਂਜੀ, ਤੇ ਹੁਣ ਅਸੀਂ ਜਾ ਰਹੇ ਹਾਂ ਬਾਜ਼ਾਰ, ਤੇ ਨਾਨੂ ਦਾ ਇੱਕ ਅੱਧਾ ਸੂਟ ਲੈ ਕੇ ਆਉਣਾ, ਤੇ ਇੱਕ ਮੈਨੂੰ ਕੰਮ ਵੀ ਹੈ, ਸ਼ੋਰੂਮ ਜਾਣਾ ਸੀਗਾ, ਮੁੰਡੇ ਨੇ ਕੰਮ ਕਿਹਾ ਹੋਇਆ ਸੀ ਕਿੰਨੇ ਦਿਨਾਂ ਦਾ, ਤੇ ਮੈਂ ਸੋਚਦਾ ਹੁਣ ਟਾਈਮ ਲੱਗਿਆ ਤੇ ਜਾ ਆਈਏ, ਹੈ ਨਾ, ਕਿਉਂਕਿ ਟਾਈਮ ਲੱਗਦਾ ਹੀ ਨਹੀਂ ਹੈਗਾ। ਪੂਰੀ ਕੋਸ਼ਿਸ਼ ਕਰ ਲਈ ਤੇ ਫਿਰ ਵੀ ਟਾਈਮ ਨਹੀਂ ਲੱਗਦਾ, ਇੱਕ ਨਿਆਣਾ ਰੋਲਾ ਅੱਜ ਪਾਤਾ ਹੋਇਆ ਪੂਰਾ ਪੂਰਾ। ਠੀਕ ਹੈ ਜੀ, ਤੇ ਜਾ ਕੇ ਆਉਂਦੇ ਹਾਂ ਆਪਾਂ। A few moments later. ਨੰਨੂ ਦੇ ਹੁਣ ਕੱਪੜੇ ਲੈ ਕੇ ਆਏ ਦੋ ਸੂਟ, ਬਹੁਤ ਜ਼ਿਆਦਾ ਖੂਬਸੂਰਤ ਆ। ਕੈਪਰੀ ਹੈ ਇਹ, ਸ਼ੋਰਟਸ ਵਾਲਾ ਸੂਟ ਆ ਜਾਏਗੀ, ਪਾ ਕੇ ਦੇਖ ਲੈ। 24 ਨੰਬਰ ਲੈ ਕੇ ਆਏ ਆ। ਸਹੀ ਹੈ, ਕੀ ਛੋਟੀ ਨਹੀਂ 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 ਸ਼ੋਰਟ ਹੈ ਨਾ, ਸ਼ੋਰਟ ਹੀ ਹੈ, ਹੀ ਸ਼ੋਰਟ ਹੈ ਉਹ। ਇੱਕ ਪ੍ਰੋਬਲਮ ਇਹ ਹੈ ਵੀ ਇਹਨਾਂ ਨੂੰ ਸੂਟ ਨਹੀਂ ਪਸੰਦ ਆਉਂਦਾ, ਨਾ ਮਨਪ੍ਰੀਤ ਨੂੰ ਕੋਈ ਚੀਜ਼ ਪਸੰਦ ਆਉਂਦੀ, ਨਾ ਕੁੜੀ ਨੂੰ। ਉਹ ਦੇਖੋ ਹੁਣ ਲੈ ਕੇ ਪੈ ਗਏ, ਇਹਨੂੰ ਪਸੰਦ ਨਹੀਂ ਆ, ਕਹਿੰਦੀ ਮੈਨੂੰ ਨਹੀਂ ਪਸੰਦ ਹੈਗਾ। ਦੱਸੋ, ਤੇ ਇਹ ਸੀ ਜੀ ਅੱਜ ਦਾ ਵਲੋਗ, ਤੇ ਬਾਕੀ ਹੋਰ ਵਲੋਗ ਦੇਖਣ ਲਈ ਜੁੜੇ ਰਹੋ ਸਾਡੇ ਨਾਲ, ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਵੀਡੀਓ ਨੂੰ ਕਰ ਦਿਓ ਲਾਈਕ, ਤੇ ਕਮੈਂਟ ਜ਼ਰੂਰ ਕਰਕੇ ਦੱਸਿਓ। ਠੀਕ ਹੈ ਜੀ, ਤੇ ਮਿਲਦੇ ਆ ਤੁਹਾਨੂੰ ਵਧੀਆ ਜਿਹੇ ਵਲੌਗ ਦੇ ਵਿੱਚ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸੀਨਾ ਸੀਨਾ ਹੋਈ ਵੀ ਮਨਪ੍ਰੀਤ, ਚਲੋ ਜੀ।